ਸਤਿ ਸ਼੍ਰੀ ਅਕਾਲ, ਕਿਵੇਂ ਹੋ ਤੁਸੀਂ ਸਾਰੇ? ਆਈ ਹੋਪ ਬਿਲਕੁਲ ਠੀਕ ਹੋਵੋਗੇ। ਵੈਲਕਮ, ਮੈਂ ਤੁਹਾਡਾ ਇੱਕ ਨਿਊ ਵਲੋਗ ਵਿੱਚ ਨਿਊ ਵਲੋਗ ਸਟਾਰਟ ਕਰਨ ਲੱਗੀ ਹਾਂ। ਪਹਿਲਾਂ ਮੈਂ ਕੋਕਾ ਸੈੱਟ ਕਰ ਲਾਂ। ਕੋਕਾ ਟੇਢਾ ਹੋ ਗਿਆ ਸੀਗਾ, ਟਾਈਮ ਹੋ ਗਿਆ ਆ 1:15 ਦਾ, ਔਰ ਅੱਜ ਅਸੀਂ ਇੱਕ ਬੈੱਡ ਕਲੀਨ ਕਰਨ ਲੱਗੇ ਹਾਂ, ਕਿਉਂਕਿ ਜਿਵੇਂ ਤੁਹਾਨੂੰ ਵੀ ਪਤਾ ਆ ਸਰਦੀਆਂ ਆ ਚੁੱਕੀਆਂ ਆ, ਔਰ ਸਰਦੀਆਂ ਨੇ ਦਿੱਤੀ ਹੈ ਦਸਤਕ, ਔਰ ਹੁਣ ਸਾਨੂੰ ਗਰਮ ਕੱਪੜੇ ਕੱਢਣੇ ਪੈਣੇ ਆ। ਕੱਢੇ ਹੋਏ ਨੇ ਮੈਂ ਸੁਕਾਉਣ ਲਈ, ਕੁਛ ਰੱਖੇ ਨੇ ਜੀ। ਇੱਕ ਬੈੱਡ ਵੇਲਾ ਕੀਤਾ ਆ, ਉਹਦਾ ਸਾਰਾ ਸਮਾਨ ਕੱਢ ਕੇ ਮੈਂ ਬਾਹਰ ਰੱਖਿਆ ਹੋਇਆ, ਉਹੀ ਹੁਣ ਜੋੜਨ ਚੱਲੇ ਹਾਂ, ਕਿਉਂਕਿ ਸਵੇਰ ਦੇ 9:15 ਕੱਢ ਕੇ ਰੱਖ ਦਿੱਤੇ ਸੀਗੇ। ਅਤੇ ਨਾਲ ਲੈ ਕੇ ਚੱਲੀ ਹਾਂ ਆਪਣੀ ਫੌਜ ਨੂੰ, ਮਤਲਬ ਮੰਨਤ ਜੰਨਤ ਮਿਹਰ ਤਿੰਨੋਂ ਘਰੇ ਸੀ, ਤਾਂ ਮੈਂ ਕੱਪੜੇ ਬਾਹਰ ਕੱਢ ਲਏ ਬੈੱਡ 'ਚੋਂ ਕਿ ਚਲੋ ਆਪਾਂ ਜੋੜ ਕੇ ਰੱਖਦੇ ਹਾਂ। ਔਰ ਮੈਂ ਕਿਹਾ ਮੈਂ ਆਪਣਾ ਵਲੋਗ ਵੀ ਸਟਾਰਟ ਕਰ ਲੈਂਦੀ ਹਾਂ, ਕਿੰਨੇ ਦਿਨ ਹੋ ਗਏ ਮੈਂ ਵਲੋਗ ਨਹੀਂ ਸਟਾਰਟ ਕੀਤਾ ਆ। ਔਰ ਉੱਥੇ ਸਾਡੀ ਜੋ ਵੀ ਅਸੀਂ ਗੱਲਾਂ ਬਾਤਾਂ ਕਰਾਂਗੇ, ਮਸਤੀ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ, ਔਰ ਜਾ ਕੇ ਜੋੜਦੇ ਹਾਂ ਕੱਪੜੇ, ਤੁਹਾਨੂੰ ਦਿਖਾਉਂਦੀ ਹਾਂ। ਦੇਖੋ ਕਿੰਨਾ ਢੇਰ ਲੱਗਾ, ਇਹ ਸਾਰੇ ਬੈੱਡ 'ਚੋਂ ਨਿਕਲੇ ਆ, ਔਰ ਕੁਛ ਉਹਦੇ ਵਿੱਚੋਂ ਮੈਂ ਡਿਸਟਰੋਏ ਕਰ ਦੇਣੇ, ਜਿਹੜੇ ਸਾਨੂੰ ਨਹੀਂ ਚਾਹੀਦੇ ਉਹ ਮੈਂ ਕੱਢ ਦੇਣੇ ਆ। ਅਤੇ ਚੱਲੀਏ ਸੈਨਿਕੋ, ਤਿਆਰ ਹੋ? ਮੇਰੀ ਫੌਜ ਤਿਆਰ ਆ, ਉੱਠੋ ਸੈਨਿਕੋ, ਚੱਲੇ। ਕੋਈ ਮਾਂਜਾ ਨਹੀਂ ਲੱਥਿਆ ਵਲੋਗ, ਸੋਰੀ ਫੌਜ ਦਾ, ਝੂਠ ਬੋਲਦੀ ਹੈ, ਮੈਨੂੰ ਬਦਨਾਮ ਕਰਦੇ ਪਏ ਨੇ। ਦੇਖ ਲਓ ਕਿਹੋ ਜਿਹਾ ਦੀਪ ਲੋਕ, ਮੈਂ ਨਹੀਂ ਹੈਗੀ ਦੀਪ ਲੋਕ, ਕੋਈ ਹੋਰ ਆ, ਔਰ ਨਹੀਂ। ਚਲੋ ਜੀ, ਤੁਹਾਨੂੰ ਦਿਖਾਉਂਦੀ ਹਾਂ ਬਾਹਰ ਖਿਲਾਰਾ ਪਹਿਲਾਂ। ਦੇਖੋ ਇਹ ਇੰਝ ਕੱਢ ਕੱਢ ਕੇ ਸਾਰੇ ਸੁੱਟ ਤੇ ਆ, ਇੱਥੇ ਗੱਦਾ ਵੀ ਸੁੱਕਣੇ ਪਾਇਆ ਆ। ਇਹ ਸਾਰੇ ਕੱਪੜੇ ਸਾਨੂੰ ਕੱਢ ਦਿੱਤਾ ਘਰੋਂ ਬਾਹਰ ਆ। ਦੇਖੋ ਮੈਨੂੰ ਮੇਰੇ ਨਿਆਣਿਆਂ ਨੇ ਕੱਢਿਆ ਘਰੋਂ ਬਾਹਰ, ਨਹੀਂ ਮੇਰੇ ਬੱਚਿਆਂ ਨੇ ਮੈਨੂੰ ਕੱਢਿਆ ਘਰੋਂ ਬਾਹਰ, ਆ ਦੇਖ ਸਕਦੇ ਹੋ ਤੁਸੀਂ। ਹੁਣ ਮੈਂ ਕਿੱਥੇ ਆਪਣਾ ਠਿਕਾਣਾ ਲੱਭਾਂਗੀ, ਇੱਥੇ ਲੱਭਦੀ ਹਾਂ ਕਿਸੇ ਗੁੱਠ ਦੇ ਵਿੱਚ ਹੀ ਲੱਭਦੀ ਹਾਂ ਕਿਤੇ। ਔਰ ਗੁਰਦੁਆਰੇ ਦਾ ਕੰਮ ਵੀ ਬਹੁਤ ਜ਼ੋਰਾਂ ਸ਼ੋਰਾਂ ਨਾਲ ਚੱਲਦਾ ਪਿਆ ਆ, ਹੋ ਚੁੱਕਿਆ ਪਲਸਤਰ, ਔਰ ਬੈਕ ਸਾਈਡ ਕਰਦੇ ਪਏ ਨੇ, ਥੋੜ੍ਹਾ ਜਿਹਾ ਹੀ ਰਹਿ ਗਿਆ। ਫਿਰ ਇਹ ਨਾ ਖਿਲਾਰੇ ਕਰਕੇ ਮੈਂ ਪਹਿਲਾਂ ਕੱਪੜੇ ਨਹੀਂ ਹਾਂ ਸੁਕਾ ਸਕੀ, ਕਿਉਂਕਿ ਇੱਥੇ ਰੇਤ ਸਭ ਕੁਛ ਸੀ, ਅਤੇ ਹੁਣ ਵੀ ਜੇ ਅਗਰ ਨਾ ਸੁਕਾਉਂਦੀ ਨਾ ਤਾਂ ਬਿਨਾਂ ਸੁਕਾਇਆ ਤਾਂ ਜੀ ਵੀ ਨਹੀਂ ਕਰਦਾ ਪਾਉਣ ਨੂੰ, ਇਸ ਕਰਕੇ ਉੱਧਰ ਮਸ਼ੀਨ ਲੱਗੀ, ਅੱਜ ਮਸ਼ੀਨ ਲੇਟ ਲਾਈਏ ਥੋੜ੍ਹੀ। ਮੰਨਤ ਟੈਂਕੀ ਟੁੱਟ ਗਈ, ਉਹ ਹੋ ਕਿੰਨਾ ਵੱਡਾ ਨੁਕਸਾਨ ਹੋ ਗਿਆ, ਤੁਹਾਨੂੰ ਇੱਥੋਂ ਦਿਖੇਗਾ ਨਹੀਂ, ਉਹ ਦੇਖੋ ਥੋੜ੍ਹਾ ਥੋੜ੍ਹਾ ਸ਼ਾਇਦ ਦਿਸਦਾ ਪਿਆ ਆ। ਓ ਮਾਈ ਗੋਡ, ਇੰਨਾ ਵੱਡਾ ਨੁਕਸਾਨ ਹੋ ਗਿਆ, ਸਾਨੂੰ ਪਤਾ ਹੀ ਨਹੀਂ ਸੀਗਾ। ਉਹ ਦੇਖੋ ਟੈਂਕੀ ਟੁੱਟ ਚੁੱਕੀ ਹੈ, ਆ ਸ਼ਾਇਦ ਤੁਹਾਨੂੰ ਦਿਸਦਾ ਹੋਏ ਥੋੜ੍ਹਾ ਬਹੁਤ, ਅੱਜ ਇੱਥੇ ਬਲੈਕ ਬਲੈਕ ਇੱਥੋਂ ਪਾਣੀ ਨਿਕਲਦਾ ਪਿਆ, ਤਾਂ ਹੀ ਟੈਂਕੀ ਖਾਲੀ ਹੁੰਦੀ ਹੈ। ਦੇਖਦੇ ਤਾਂ ਅੱਜ ਹੱਲ ਕਰਦੇ ਹਾਂ, ਕੁਛ ਆਪਾਂ ਦੇਖਿਆ ਹੀ ਨਹੀਂ। ਦੇਖੋ ਇੱਕ ਕੰਮ, ਕਿਤੇ ਬੱਚੇ ਇੱਦਾਂ ਕਰਦੇ ਆ, ਮੇਰੇ ਮਿਹਰ ਨੂੰ ਇੰਨੀ ਗੰਦੀ ਆਦਤ ਆ ਨਾ, ਇੱਥੋਂ ਮੂੰਹ 'ਚ ਪਾ ਕੇ ਚਿੱਥਦਾ ਰਹਿੰਦਾ, ਵੇਖੋ ਧੋਣ ਤੋਂ ਬਾਅਦ 'ਚ ਵੀ ਨਾ, ਔਰ ਆਹ ਸਾਰਾ ਪੇਂਟ ਹੀ ਉਹਨੇ ਖਰਾਬ ਕੀਤਾ ਹੋਇਆ ਆ, ਆਹ ਚਿੱਥ ਚਿੱਥ ਕੇ। ਆਹ ਦੇਖੋ ਇਹ ਕੰਮ ਸਾਰੇ ਪੁੱਠੇ ਕੰਮ ਨੇ, ਇਸ ਮੁੰਡੇ ਦੇ ਕੋਈ ਸਿੱਧਾ ਕੰਮ ਨਹੀਂ। ਨਹੀਂ ਇਹ ਨਹੀਂ ਲਾਇਆ ਬੇਟਾ, ਉਹ ਦੂਜਾ ਸੀ ਛੋਟਾ ਜਿਹਾ, ਇਹ ਹੈਗਾ ਸੀ, ਉਹਨਾਂ ਨੇ ਦੂਜੀ ਦੇ ਲਾਇਆ ਸੀ। ਵੱਡੀ ਮੰਮਾ ਦਾ ਸ਼ੋਲ ਕਿੱਥੇ ਆ? ਦਹਾਈ ਆ ਮੰਮੀ ਦਾ ਸ਼ੋਲ, ਪਿਓਰ ਦਾ, ਮੰਮੀ ਬੜਾ ਨਿੱਘਾ ਸੀ ਇਹ। ਪਹਿਲੀ ਗੱਲ ਤਾਂ ਮੰਮੀ ਨੂੰ ਠੰਡ ਬਹੁਤ ਘੱਟ ਲੱਗਦੀ ਹੁੰਦੀ ਸੀ, ਆ ਹੁਣ ਜੇ ਐਤਕੀ ਹੀ ਮੰਮੀ ਨੂੰ ਠੰਡ ਲੱਗਣੀ ਸ਼ੁਰੂ ਹੋਈ ਸੀ ਨਾ, ਜਦੋਂ ਬਿਮਾਰ ਸੀ, ਨਹੀਂ ਤਾਂ ਮੰਮੀ ਇੰਨੀ ਗਰਮੀ ਮਨਾਉਂਦੇ ਸੀ, ਪੂਰੀ ਸਰਦੀਆਂ ਮੰਮੀ ਕੋਟੀ ਨਹੀਂ ਪਾਉਂਦੇ ਹੁੰਦੇ, ਉਹ ਹਿਸਾਬ ਮੰਨਤ ਦਾ ਆ, ਇੰਨੀ ਗਰਮੀ ਮਨਾਉਂਦੀ ਹੈ ਬਹੁਤ ਜ਼ਿਆਦਾ ਇਹਨਾਂ ਸਰਦੀਆਂ 'ਚ ਵੀ ਇੱਦਾਂ। ਅਤੇ ਸਾਰਿਆਂ ਮੈਨੂੰ ਆਉਂਦੇ ਕਿ ਹਾਏ ਇਹਨਾਂ ਨੂੰ ਠੰਡ ਨਹੀਂ ਲੱਗਦੀ, ਮੇਰਾ ਕਹਿਣਾ ਕਿ ਹਾਏ ਪਾਲੋ ਕੋਈ ਕੱਪੜਾ ਕੋਈ ਕੋਟੀ ਸਵੈਟਰ, ਲੋਕਾਂ ਆਖਣਾ ਕਿ ਖਰੇ ਮਾਂ ਲੈ ਕੇ ਨਹੀਂ ਦਿੰਦੀ, ਪਰ ਇਹ ਪਾਉਂਦੀਆਂ ਹੀ ਨਹੀਂ ਗੀਆਂ, ਵਿਚਾਰਿਆਂ ਕੋਲ ਹੈ ਹੀ ਨਹੀਂ ਕੋਈ ਕੱਪੜੇ, ਸਭ ਮੇਰੇ ਨੇ, ਕੋਈ ਕੱਪੜਾ ਨਹੀਂ ਇਹਨਾਂ ਦਾ। ਆ ਨਿਸ਼ਾਨੀ ਵੱਡੀ ਮੰਮਾ ਦੀ, ਪਾਪਾ ਦਾ ਕੋਟ, ਕਾਫੀ ਹੱਦ ਤੱਕ ਅਸੀਂ ਸਮਾਨ ਜੋੜ ਕੇ ਰੱਖ ਦਿੱਤਾ ਆ, ਔਰ ਕੁਛ ਕੱਪੜੇ ਅੰਦਰ ਚਲੇ ਗਏ ਨੇ, ਜੰਨਤ ਲੈ ਗਈ ਹੈ ਰਜਾਈ, ਔਰ ਆ ਸਰਦੀਆਂ ਵਾਲੇ ਆ ਜੈਕਟਾਂ, ਹੁਣ ਇੱਦਾਂ ਕਰਨਾ ਮੈਂ ਜੈਕਟ ਇੱਕ ਸਾਈਡ ਰੱਖਣੀ ਹੈ, ਕੋਟੀਆਂ ਇੱਕ ਸਾਈਡ, ਆਹ ਸਾਰੀ ਇਹ ਸਾਰੇ ਮੇਰੇ ਸ਼ੋਲ ਨੇ,
ये जिन्ने आ ना ये सारे शोल ने कुछ मैं उधर भी शोल पे है ना मेरे हाँ वड्डी मम्मा का शोल दी एक मम्मी का शोल है प्योर का हाँ देखो मम्मी दी निशानियाँ ये भी है बस ये हो नाल रख के ये जड़े कपड़े एक्स्ट्रा नहीं होंगे या पुराने हो गए ने फेट हो गए ने कट दिते ने ते कितना प्यारा कपड़े बहुत शोल ने मम्मी के इदा हजे तो ट्रंक के इन्ने पे ने कि मैं कढ़ूंगी तो मम्मी के शोल तुम दिखाऊंगी निशानियाँ बहुत प्यारे आ मेहर जब लाई है दीदी हाँ आ लैके जा जैकटा एक बार फिर आई एक गेड़ा नहीं आ लै जा जैकटा चक के आ उपर आ दूजिया भी रख दोनों जैकटा सीधिया सीधिया इन्हों करके ना ये उपर ही दूजिया रख चल रख क्योंकि ये जैकेट हाँ चल जाओ तो सही है कि प्यारा जिदा का कैमरे च दिसदा पे ना बिल्कुल उदा का है और इन्ना सोहना मम्मी इन्ने सामभ सामभ के रखते होंगे सी मम्मी ने कहना मम्मी ने कहना प्योर के शोल ने ज़्यादा धो धो के भी खराब होंगे घरें ना धोने मम्मी ने तो कहते जान तो वध के सामभ के रखने इन्ने शोल आ बहुत ज़्यादा तो बहुत उन्ना रखते सी कि हाँ मेरी माँ ने दिता आ उन्हों का या इदा मम्मी ने बहुत उन्ना रखना तो हम मैं भी अगे सामभ के रखागी ये रखना है मट्टो वास्ते ये मैं प्यार देना मट्टो वास्ते मतलब मन्नत वास्ते होर भी ने जिहड़ा इन्हू चंगा लगेगा रख लेगी अपने वास्ते एक एक जन्नत का रख देना एक मेहर दी घर दी वास्ते रख देना आ दादी दी निशानियाँ दादी माँ दी निशानियाँ काया मम्मी का शो मन्नत की मैं रखना आ मैं आप बहुत पसंद आ यह भी मम्मी का ही ये तो मैं लिया आ पिछले साल मैं लेंदी रही हाँ बट मट्टो की मैं रखना आ बाकी ठीक है मन्नत ही रखेगी फिर सारा समान बैड विच रखता आ चादर बिछानी है गद्दा रखता है ये जी तार है ना मेर ने उधर लगाया हुआ बोर्ड तो ये मैं कपड़े रख के ना पूरी चंगी तरह जोड़ के त्या उपर कंबल दे दिता है ताकि कट्टा मिट्टी ना पे और ये अज की वीडियो कुछ भी नहीं बस इदा ही मैं जो भी किया वो तुम विखाया आ जे थानू वीडियो वधिया लगी हो हर के घर इदा ये रूटीन होंदा आ जो मैं थोड़े ना शेयर किया जो ये कि चल ना बना मैं कुछ वीडियो तो बना के अपलोड करा तो जो थोड़ा वीडियो वधिया लगी तो लाइक कमेंट शेयर तो चैनल सबसक्राइब जरूर करे तो मिलेंगे नैक्सट ब्लॉग से मैं बिछानी बैडशीट बैडशीट बिछा के जो कपड़े धोते से उन्होंने जोड़ के रखूँगी तो मिलते हैं जी नैक्सट ब्लॉग में।